ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ। ਦੋਸਤੋ, ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ, ਜਿਸ ਦੇ ਗਾਣੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਜਾਂਦੇ ਹਨ ਅਤੇ ਉਸ ਦੇ ਗਾਣੇ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੁੰਦੇ ਹਨ, ਉਵੇਂ ਹੀ ਦੋਸਤੋ ਇੱਕ ਗਾਣਾ ਸਿੱਧੂ ਮੂਸੇਵਾਲੇ ਦੇ ਨਾਮ ਨਾਲ ਵਾਇਰਲ ਹੁੰਦਾ ਜਾ ਰਿਹਾ ਹੈ। ਇਸ ਗਾਣੇ ਉੱਪਰ ਸਿੱਧੂ ਮੂਸੇਵਾਲੇ ਦਾ ਨਾਮ ਲਗਾ ਕੇ ਇਸ ਗਾਣੇ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ, ਪਰ ਤੁਹਾਨੂੰ ਦੱਸ ਦਈਏ ਕਿ ਇਹ ਗਾਣਾ ਸਿੱਧੂ ਮੂਸੇਵਾਲੇ ਦਾ ਨਹੀਂ ਹੈ। ਦੋਸਤੋ, ਤੁਸੀਂ ਵੀ ਇਹ ਗਾਣਾ ਸੁਣਿਆ ਹੀ ਹੋਵੇਗਾ। ਇਸ ਗਾਣੇ ਦਾ ਨਾਮ ਹੈ ਗੈਰ। ਆਓ ਦੋਸਤੋ, ਤੁਹਾਨੂੰ ਅਸੀਂ ਇਸ ਗਾਣੇ ਦੀਆਂ ਦੋ ਲਾਈਨਾਂ ਸੁਣਾਉਣੇ ਹਾਂ। ਜਿਹੜੇ ਬੁੱਲਾਂ ਕੋਲੋਂ ਆਪਣਾ ਆਪਣਾ ਸੁਣਿਆ ਸੀ, ਉਹੀ ਬੁੱਲਾਂ ਕੋਲੋਂ ਅੱਜ ਮੈਂ ਗਿਆ। ਦਰਅਸਲ ਇਹ ਗਾਣਾ ਸਿੱਧੂ ਮੂਸੇਵਾਲੇ ਦਾ ਨਹੀਂ, ਸਗੋਂ ਇੱਕ ਪੰਜਾਬੀ ਸਿੰਗਰ ਗੁਰਕਰਨ ਚਾਹਲ ਦਾ ਹੈ, ਜੋ ਕਿ ਨਸੀਬ ਦਾ ਪੱਕਾ ਦੋਸਤ ਮਿੱਤਰ ਹੈ। ਹਾਂਜੀ ਦੋਸਤੋ, ਇਸ ਗਾਣੇ ਦੀ ਸਿੰਗਰ ਦੀ ਆਵਾਜ਼ ਸਿੱਧੂ ਮੂਸੇਵਾਲੇ ਨਾਲ ਤਾਂ ਮਿਲਦੀ ਹੈ, ਪਰ ਇਹ ਗਾਣਾ ਗੁਰਕਰਨ ਚਾਹਲ ਦਾ ਹੈ, ਜੋ ਕਿ ਤੁਸੀਂ ਨਸੀਬ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਸੁਣ ਸਕਦੇ ਹੋ। ਇਹ ਗਾਣਾ ਕਿਸੇ ਨੇ ਯੂਟਿਊਬ ਉੱਤੋਂ ਚੱਕ ਕੇ ਟਿਕਟੋਕ ਉੱਤੇ ਅਪਲੋਡ ਕੀਤਾ ਸੀ, ਜਿਸ ਦੇ ਉੱਪਰ ਲਿਖਿਆ ਸੀ ਸਿੱਧੂ ਮੂਸੇਵਾਲੇ ਦਾ ਲੀਕਡ ਸੌਂਗ, ਅਤੇ ਇਹ ਗਾਣਾ ਟਿਕਟੋਕ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਗਿਆ ਸੀ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਦੀ ਆਫੀਸ਼ੀਅਲ ਵੀਡੀਓ ਸੌਂਗ ਉੱਤੇ 1,00,000 ਵਿਊਜ਼ ਹਨ, ਜਦਕਿ ਜਦੋਂ ਇਸ ਗਾਣੇ ਨੂੰ ਸਿੱਧੂ ਮੂਸੇਵਾਲੇ ਦਾ ਨਾਮ ਲਿਖ ਕੇ ਅਪਲੋਡ ਕੀਤਾ ਗਿਆ ਤਾਂ ਉਸ ਗਾਣੇ ਉੱਪਰ 1,000,000 ਵਿਊਜ਼ ਆ ਚੁੱਕੇ ਹਨ। ਦੋਸਤੋ, ਇਹ ਗਾਣਾ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਹੈ, ਅਤੇ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਗੁਰਕਰਨ ਚਾਹਲ ਜੀ ਦੇ ਇਸ ਟੈਲੈਂਟ ਨੂੰ ਸਪੋਰਟ ਕਰੀਏ। ਤਾਂ ਦੋਸਤੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਅਤੇ ਆਪਣੇ ਫਰੈਂਡ ਨੂੰ ਦੱਸੋ ਕਿ ਇਹ ਗਾਣਾ ਗੁਰਕਰਨ ਚਾਹਲ ਦਾ ਹੈ। ਦੋਸਤੋ, ਗੁਰਕਰਨ ਚਾਹਲ ਉਹੀ ਸਿੰਗਰ ਹਨ ਜਿਨ੍ਹਾਂ ਦਾ ਕਿ ਹਾਲ ਹੀ ਦੇ ਵਿੱਚ ਨਸੀਬ ਨਾਲ ਗਾਣਾ ਵੀ ਆਇਆ ਹੈ, ਜਿਸ ਦਾ ਨਾਮ ਹੈ ਐਮਪਾਇਰ, ਅਤੇ ਇਹ ਗਾਣਾ 1,000,000 ਵਿਊਜ਼ ਕ੍ਰੋਸ ਕਰ ਚੁੱਕਾ ਹੈ। ਦੋਸਤੋ, ਜੇ ਤੁਹਾਨੂੰ ਵੀ ਇਹ ਖਬਰ ਫਾਇਦੇਮੰਦ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਅਤੇ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਸ ਖਬਰ ਬਾਰੇ ਪਹਿਲਾਂ ਪਤਾ ਸੀ ਜਾਂ ਨਹੀਂ।